ਸਭ ਭਾਈਓ ਰਾਮ ਰਾਮ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ ਇੱਕ ਅਖਬਾਰ ਮੇਂ ਖਬਰ ਛਪੀ ਹੈ ਕਿ ਹਰਿਆਣਾ ਗਵਰਨਮੈਂਟ ਕੁਛ ਲੋਕੋਂ ਕੋ ਬੁਲਾ ਕਰ, ਜੋ ਜਿਨਕੋ ਕਿਸਾਨ ਸੰਗਠਨ ਬੋਲ ਰਹੀ ਹੈ, ਉਨਕੇ ਸਾਥ ਬੈਠਕ ਕਰਕੇ ਇਸ ਅੰਦੋਲਨ ਕੀ ਡਿਮਾਂਡ, ਜਿਤਨੀ ਡਿਮਾਂਡਸ ਹੈ ਉਨਕੇ ਬਾਰੇ ਮੈਂ ਉਨਕੋ ਚਰਚਾ ਕਰੇਗੀ। ਲੇਕਿਨ ਇਹ ਬਾਤ ਮੈਂ ਕਲੀਅਰ ਕਰ ਦੂੰ ਪੂਰੇ ਦੇਸ਼ ਕੇ ਕਿਸਾਨ ਇਸ ਬਾਤ ਕੋ ਸਮਝ ਰਹੇ ਕਿ ਸਭਸੇ ਪਹਿਲੀ ਬਾਤ ਤੋ ਯੇ ਕਿ ਹਰਿਆਣਾ ਗਵਰਨਮੈਂਟ ਕੇਵਲ ਹਰਿਆਣਾ ਕਾ ਮਾਮਲਾ ਤੋ ਕੋ ਸੋਲਵ ਕਰ ਸਕਦੀ ਹੈ, ਲੇਕਿਨ ਪੂਰੇ ਦੇਸ਼ ਕਾ ਨਹੀਂ ਕਰ ਸਕਦੀ। ਦੂਸਰੀ ਬਾਤ, ਅਗਰ ਹਰਿਆਣਾ ਗਵਰਨਮੈਂਟ ਇਤਨੀ ਕਿਸਾਨੋ ਕੇ ਪ੍ਰਤੀ ਸ਼ਹਿਦ ਥੀ, ਤੋ ਭਾਈ ਜਬ ਸੇ ਅੰਦੋਲਨ ਸ਼ੁਰੂ ਹੁਆ, ਅੰਦੋਲਨ ਸ਼ੁਰੂ ਹੋਣੇ ਸੇ ਵੀ ਪਹਿਲੇ, ਜਬ ਸੇ ਬਾਰ ਬਾਰ ਇਨਕੋ ਮੈਮੋਰੈਂਡਮ ਦੀਏ ਜਾ ਰਹੇ ਥੇ, ਤਬ ਸੇ ਕਿਉਂ ਨਾ ਕੀਆ। ਲੇਕਿਨ ਮਾਮਲਾ ਕਿਆ ਹੈ, ਮਾਮਲਾ ਇਹ ਸਮਝਣੇ ਕੀ ਜ਼ਰੂਰਤ ਹੈ ਕਿ ਜਬ ਹਮਾਰਾ ਯਾਦ ਕਰੀਏ 2020-21 ਕਾ ਅੰਦੋਲਨ ਚੱਲ ਰਹਾ ਥਾ, ਉਸ ਸਮੇਂ ਵੀ ਭਾਜਪਾ ਨੇ ਇਨਕੇ ਜੋ ਐਗਰੀਕਲਚਰ ਮਿਨਿਸਟਰ ਥੇ, ਉਸ ਸਮੇਂ ਵੀ ਲੋਕ ਯੇ ਕੀਆ ਕਰਤੇ ਥੇ। ਆਜ 20 ਸੰਗਠਨ ਐਗਰੀਕਲਚਰ ਮਿਨਿਸਟਰ ਕੋ ਮਿਲੇ, ਜਿਨ੍ਹੋਂ ਯੇ ਕਹਾ ਕਿ ਯੇ ਬਿਜਲੀ ਜੇ ਜੋ ਕਾਨੂੰਨ ਆਏ ਹੈ 3 ਐਗਰੀਕਲਚਰ ਲਾਅ, ਯੇ ਬਹੁਤ ਅੱਛੇ ਹੈ, ਇਨਕੋ ਤੁਰੰਤ ਲਾਗੂ ਕੀਆ ਜਾਏ। ਕਭੀ ਖਬਰ ਆਤੀ ਥੀ, ਆਜ 100 ਸੇ ਅਧਿਕ ਕਿਸਾਨ ਸੰਗਠਨ ਐਗਰੀਕਲਚਰ ਮਿਨਿਸਟਰ ਸੇ ਮਿਲੇ, ਉਹਨਾਂ ਨੇ ਮੰਗ ਕੀ ਕਿ ਯੇ ਤੀਨੋਂ ਕਾਨੂੰਨ ਲਾਗੂ ਕੀਏ ਜਾਏ। ਐਸਾ ਉਸ ਸਮੇਂ ਹੁਆ ਕਰਤਾ ਥਾ, ਲੇਕਿਨ ਯੇ ਪਤਾ ਹਮ ਜਾਣਤੇ ਹੈ ਕਿ ਸਰਕਾਰ ਕੇ ਆਪਣੇ ਹੀ ਪੈਦਾ ਕੀਤੇ ਹੋਏ ਕੁਝ ਲੋਕ, ਜੋ ਆਪਣੇ ਆਪ ਕੋ ਕਿਸਾਨ ਸੰਗਠਨ ਬਤਾ ਕਰ ਐਸੀਆਂ ਸਰਕਾਰ ਕੀ ਝੋਲੀ ਮੇਂ ਬੈਠਣੇ ਕਾ ਕੰਮ ਕਰਤੇ ਹੈ, ਉਹ ਹੋਤੇ ਰਹੇ ਹੈ, ਪਹਿਲੇ ਵੀ ਹੋਤੇ ਰਹੇ, ਆਪੇ ਹੋ ਰਹੇ। ਲੇਕਿਨ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਤਾ ਹੂੰ ਕਿ ਅਗਰ ਸਰਕਾਰ ਸੱਚ ਮੇਂ ਸੰਜੀਦਾ ਹੈ, ਤੋ ਕਿਸਾਨੋ ਕੀ ਯੇ ਜੋ ਮੰਗੇ ਹੈ, ਇਨ 12 ਮੰਗੋ ਕੋ ਜਿਨਮੇਂ MSP ਕੀ ਗਾਰੰਟੀ ਕਾ ਕਾਨੂੰਨ, ਕਿਸਾਨ ਕੀ ਰਿਣ ਮੁਕਤੀ, ਔਰ ਡਾਕਟਰ ਸਵਾਮੀਨਾਥਨ ਲੈਂਡ ਰੈਗੂਲੇਸ਼ਨ ਐਕਟ, ਔਰ ਭਾਰਤ WTO ਸੇ ਬਾਹਰ ਆਏ ਮਜ਼ਦੂਰੋਂ ਕੇ ਲੀਏ, ਜੋ ਉਨਕੇ ਉਨਕੀ ਜੋ ਮਨਰੇਗਾ ਕੀ ਸਕੀਮ ਕੇ ਤਹਿਤ ਉਨਕੇ ਦਿਨ ਬਣਾਕਰ 200 ਕੀਏ ਜਾਏ, 700 ਰੁਪਏ ਉਨਕੀ ਦਿਹਾੜੀ ਕੀ ਜਾਏ, ਯੇ ਸਭ ਮੰਗੇ ਹੈ। ਔਰ ਉਸਕੇ ਸਾਥ ਔਰ ਬਹੁਤ ਇੰਪੋਰਟੈਂਟ ਮੰਗ ਯੇ ਵੀ ਹੈ, ਯੇ ਬਾਤ ਬਹੁਤ ਜ਼ਰੂਰੀ ਹੈ ਕਿ ਜਿਨ ਲੋਕੋਂ ਨੇ ਕਿਸਾਨੋਂ ਕੇ ਉਪਰ ਗੋਲੀਆਂ ਚਲਾਈ, ਕਿਸਾਨੋਂ ਕੋ ਸ਼ਹੀਦ ਕੀਆ, ਕਿਸਾਨੋਂ ਕੀ ਆਂਖੇ ਛੀਨੀ, ਉਨ ਲੋਕੋਂ ਕੇ ਖਿਲਾਫ ਕਾਰਵਾਈ ਹੋਣੀ ਚਾਹੀਏ। ਯੇ ਅੰਦੋਲਨ ਤਬ ਤੱਕ ਜਾਰੀ ਰਹੇਗਾ ਜਬ ਤੱਕ ਯੇ ਸਭ ਮੰਗੇ ਪੂਰੀ ਨਹੀਂ ਹੋਤੀ। ਸਰਕਾਰ ਭਲੇ ਕਿਤਨਾ ਮਰਜ਼ੀ ਜ਼ੋਰ ਲਗਾਏ, ਇਸ ਅੰਦੋਲਨ ਕੋ ਡਿਰੇਲ ਕਰਨੇ ਕਾ, ਇਹ ਯੇ ਅੰਦੋਲਨ ਡਿਰੇਲ ਨਹੀਂ ਹੋਗਾ। ਔਰ ਜੋ ਸੰਗਠਨ, ਮੁਝੇ ਨਹੀਂ ਪਤਾ ਕੌਣ ਸੰਗਠਨ ਜਾ ਰਹੇ ਹੈ, ਜੋ ਸੰਗਠਨ ਜਾ ਰਹੇ ਹੈ ਉਨਕੋ ਸਭਸੇ ਪਹਿਲੇ ਯੇ ਮਾਂਗ ਰੱਖਣੀ ਚਾਹੀਏ ਕਿ ਜਿਨ ਅਧਿਕਾਰੀਓ ਕੋ ਰਾਸ਼ਟਰਪਤੀ ਅਵਾਰਡ ਕੇ ਲਈ ਹਰਿਆਣਾ ਗਵਰਨਮੈਂਟ ਨੇ ਨਾਮ ਰਿਕਮੈਂਡ ਕੀਏ ਹੈ, ਵੋ ਤੁਰੰਤ ਵਾਪਸ ਲੀਏ ਜਾਏ, ਉਨਕੇ ਖਿਲਾਫ ਕਾਰਵਾਈ ਕਰਨੇ ਕੀ ਤਿਆਰੀ ਕਰੇ। ਯੇ ਕਲੀਅਰ ਹੋ ਗਿਆ ਕਿ ਜਿਨ ਲੋਕੋਂ ਨੇ ਗੋਲੀਆਂ ਚਲਾਈ, ਜਿਨ ਲੋਕੋਂ ਨੇ ਹਮਾਰੇ ਉੱਪਰ ਤਸ਼ੱਦਦ ਕੀਆ, ਉਨ੍ਹੀਂ ਕੋ ਆਜ ਸਨਮਾਨਿਤ ਕਰਨੇ ਕੀ ਬਾਤ ਹੋ ਰਹੀ ਹੈ। ਤੋ ਇਨ ਸੰਗਠਨੋਂ ਕੋ ਵੀ ਜੋ ਸਾਥੀ ਆਜ ਬੈਠਕ ਮੇਂ ਜਾਏਂਗੇ, ਉਨਕੋ ਪਹਿਲੇ ਇਨ ਬਾਤੋਂ ਕੇ ਉੱਪਰ ਧਿਆਨ ਦੇਣਾ ਚਾਹੀਏ। ਸੋ ਮੇਰਾ ਇਤਨਾ ਹੀ ਹੈ, ਸਰਕਾਰ ਯੇ ਕੋਸ਼ਿਸ਼ ਮਤ ਕਰੇ ਕਿ ਇਸ ਅੰਦੋਲਨ ਕੋ ਡਿਰੇਲ ਕਰ ਜਾਏਗੀ, ਔਰ ਆਪਣੇ ਹੀ ਕੁਝ ਚਾਹੇਤੇ ਸਾਥੀਓਂ ਕੇ ਉਨਕੋ ਸੰਗਠਨ ਬਤਾ ਕਰ ਉਨਕੇ ਮਾਧਿਅਮ ਸੇ
ये आंदोलन डिरेल करने का प्रयास करेगी, ये नहीं हो पाएगा। ये आंदोलन तब तक जारी हो रहेगा जब तक किसानों की सभी मांगे पूरी नहीं हो जाती और हरियाणा के उन अधिकारियों के खिलाफ कार्रवाई नहीं होती जिन्होंने शुभकर्म की शहादत की, हमारे ट्रैक्टर तोड़े, हमारे 433 किसान जख्मी किए, जिन्होंने हमारे 5 नौजवानों की आंखों की रोशनी छीनी, उनके खिलाफ कार्रवाई होनी अति आवश्यक है। मैं यही कह रहा हूँ। धन्यवाद। वाहेगुरु जी का खालसा, वाहेगुरु जी की फतेह।